ਕੋਰੋਨਾ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਕਰਤਾਰ ਏਟ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਗੱਡੀ ਲੰਗਰਾਂ ਵਾਲੀ ਆਈ ਹੋਈ ਹੈ ਤੇ ਲੋੜਵੰਦ ਕਿਸ ਤਰ੍ਹਾਂ ਲੰਗਰ ਲੈ ਲੈ ਕੇ ਅੱਗੇ ਵੱਧ ਰਹੇ ਹਨ। ਦੱਸਣਾ ਹੋਵੇਗਾ ਕਿ ਕਰਤਾਰ ਏਟ ਜਾਣੀ ਕਿ ਕਰਤਾਰ ਬਿਰਧ ਆਸ਼ਰਮ ਦੁਲਚੀ ਮਾਜਰਾ ਵੱਲੋਂ ਬਾਬਾ ਗੁਰਚਰਨ ਸਿੰਘ ਜੀ ਲੰਗਰਾਂ ਵਾਲਿਆਂ ਵੱਲੋਂ ਪਿਛਲੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਲੰਗਰ ਲਾਏ ਹੋਏ ਹਨ, ਤੇ ਭਾਵੇਂ ਕਿ 14 ਤਰੀਕ ਨੂੰ ਲੰਗਰਾਂ ਦੀ ਸਮਾਪਤੀ ਕਰ ਦਿੱਤੀ ਗਈ ਸੀ, ਪਰ ਫਿਰ ਵੀ ਬਾਬਾ ਗੁਰਚਰਨ ਸਿੰਘ ਜੀ ਲੰਗਰਾਂ ਵਾਲਿਆਂ ਵੱਲੋਂ ਇਸ ਜਿਹੜੀ ਸੇਵਾ ਬਿਲਕੁਲ ਨਿਰੰਤਰ ਹੈ, ਕਿਉਂਕਿ ਬਾਬਾ ਜੀ ਦਾ ਕਹਿਣਾ ਹੈ ਕਿ ਕੋਈ ਵੀ ਆਦਮੀ ਭੁੱਖਾ ਨਹੀਂ ਰਹਿਣਾ ਚਾਹੀਦਾ, ਇਹ ਸੋਚ ਹੈ ਗੁਰਚਰਨ ਸਿੰਘ ਬਾਬਾ ਜੀ ਦੀ। ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਲੋਕੀ ਲੰਗਰ ਛਕ ਰਹੇ ਹਨ, ਤੇ ਆਓ ਗੱਲ ਕਰਦੇ ਹਾਂ ਇਹਨਾਂ ਦੇ ਸੇਵਾਦਾਰ ਦੇ ਨਾਲ। ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਤੋਂ ਆਪ ਸਭ ਸੰਗਤ ਦਾ ਧੰਨਵਾਦ ਹੈ ਜੀ। ਇਹ ਗੁਰੂ ਕਾ ਲੰਗਰ ਕਰਤਾਰ ਏਡ ਕਰਤਾਰ ਬਿਰਧ ਆਸ਼ਰਮ ਦੁਲਚੀ ਮਾਜਰਾ ਤੋਂ ਜੋ ਕਿ ਅੱਜ 34ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ ਜੀ। ਇਹ ਲੰਗਰ ਸਰਬੱਤ ਸੰਗਤ ਦੇ ਸਹਿਯੋਗ ਨਾਲ ਇਹ ਵੀਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸਰਬੱਤ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਤਿਲ ਫੁੱਲ ਮਾਇਆ ਰਸਤਾ ਵਸਤਾ ਇਸ ਲੰਗਰ ਵਿੱਚ ਪਹੁੰਚਾ ਕਰਕੇ ਆਪਣਾ ਜਨਮ ਸਫਲਾ ਕਰੋ, ਮਹਾਰਾਜ ਚੜ੍ਹਦੀ ਕਲਾ ਰੱਖੇ, ਸਭ ਨੂੰ ਖੁਸ਼ੀਆਂ ਦਾਨ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।